टिक्की बनाने वाले की भैन लो ये स्पैशल टिक्की तैयार कर रहा तरह इस बार भी दिवाली दिया रौनक देखने लिए आप आए हैं बाजार के ते हुण तुसीं देख रहे हो असी लेके आए तुहानू न्यू श्री शक्ति स्वीट्स जो कि शहर की आन बान शान है एक फेमस नाम है बहुत लंबे समय तो इतने शुद्ध मिठाइया के एक बनया हुआ नाम है तो अज गल करवाने कि इस साल का दिवाली का प्रोग्राम कि हर साल इस साल दिवाली किस तरह लग रही है तो बहुत अच्छी ਕਿੰਨੇ ਸਾਲਾਂ ਤੋਂ ਇਹ ਸੇਵਾ ਕਰ ਰਹੇ ਹੋ ਤੁਸੀਂ 35 ਸਾਲ ਤੋਂ ਤੇ ਸ਼ਹਿਰ ਦੇ ਵਿੱਚ ਇੱਕ ਜਾਣਿਆ ਮਾਣਿਆ ਨਾਮ ਹੈ ਤੇ ਇਸ ਵਾਰ ਸੁਣਨ 'ਚ ਆਇਆ ਕਿ ਕੁਝ ਮਿਠਾਈਆਂ ਵਧਾਈਆਂ ਤੇ ਤੁਸੀਂ ਕਿਹੜੀਆਂ ਕਿਹੜੀਆਂ ਆਈਟਮਾਂ ਪ੍ਰਮੁੱਖ ਵਧਾਈਆਂ ਗਈਆਂ ਇਸ ਵਾਰ ਇਸ ਵਾਰ ਜਿਹੜੀਆਂ ਸਪੈਸ਼ਲ ਵਧਾਈਆਂ ਗਈਆਂ ਆਈਟਮਾਂ ਦੀ ਕੋਈ ਬਹੁਤ ਜਿੰਨੀਆਂ ਵੀ ਕੱਲ੍ਹ ਉਨੀਆਂ ਆਈਟਮਾਂ ਬਹੁਤ ਆਈਟਮਾਂ ਲਗਭਗ ਆਪਣੇ ਕੋਲ ਟੋਟਲ ਆਈਟਮ ਦੀ ਗੱਲ ਕਰੀਏ ਕਿੰਨੀਆਂ ਹੋਣਗੀਆਂ ਜੀ 500-600 ਆਈਟਮ ਸੋ ਆਪਣੇ ਆਪ 'ਚ ਇੱਕ ਵੱਡਾ ਨਾਮ ਹੈ ਅਤੇ ਇੱਕ ਵੱਡੀ ਦੁਕਾਨ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਫੌਜੀ ਨੇ ਦੱਸਿਆ ਕਿ ਸਾਡੇ ਕੋਲ 500 ਤੋਂ ਪਲੱਸ ਆਈਟਮ ਹੈਗੀਆਂ ਤਾਂ ਇਸ ਤੋਂ ਹੀ ਅੰਦਾਜ਼ਾ ਲੱਗਦਾ ਕਿ ਸ਼ਹਿਰ ਦੀ ਕਿੱਡੀ ਵੱਡੀ ਦੁਕਾਨ ਹੈ ਇੱਕ ਸ਼ਹਿਰ ਦੇ ਵਿੱਚ ਆਪਣੇ ਆਪ ਹੀ ਜਾਣਿਆ ਮਾਨਿਆ ਨਾਮ ਹੈ 35 ਸਾਲ ਪੁਰਾਣੀ ਇਸ ਸਵੀਟਸ ਦੀ ਦੁਕਾਨ 'ਤੇ ਲੈ ਕੇ ਆਏ ਹਾਂ ਤੁਹਾਨੂੰ ਅਤੇ ਦਿਖਾਉਂਦੇ ਹਾਂ ਇੱਥੋਂ ਦਾ ਕਿਸ ਤਰੀਕੇ ਲੋਕਾਂ ਦਾ ਆਣ ਜਾਣ ਹੈ ਕਿਸ 'ਤੇ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਅਤੇ ਕਿਸ ਤਰ੍ਹਾਂ ਭੀੜ ਲੱਗੀ ਹੋਈ ਹੈ ਮਿਠਾਈਆਂ ਲੈਣ ਦੇ ਲਈ